वेलकम टू खन्ना न्यूज़ लाइव। कपूरथला दे पिंड निजामपुर दे गुरुद्वारा साहिब विच अज तड़के 4 बजे दे करीब एक अणपछाते व्यक्ति वल्लों बेअदबी करन दी घटना सामने आई है। काबू किते व्यक्ति नाल होई कुटमार दी वीडियो सोशल मीडिया ते वायरल हो गई सी, जिस दे बाद इलाके दे सिख जथेबंदियां ने कपूरथला सुभानपुर रोड ते जाम लगा दिता सी। पुलिस ने मौके ते पहुंच के सिख जथेबंदियां तों बेअदबी करन वाले दोषी नूं हिरासत विच लेना चाहिया, पर सिख धार्मिक जथेबंदियां ने बेअदबी दे दोषी नूं पुलिस दे हवाले नहीं कीता अते सौदा लगा के मौत दे घाट उतार दिता। कपूरथला दे SSP हरकमलप्रीत सिंह ने पत्रकारां नाल गल्लबात करदे होए देखो की कहा। रहे सी मैं अमृत वेले जदों उठिया तां मैनूं उपर खड़ाक दा आवाज़ आई वी 4 बजे जिहड़े बच्चे ने भी मेरे तो पहलां उठ खड़े, मैं अगे बच्चों नितनेम वास्ते ठालदा। जिस वक्त मैं आ के गीजर चलाउण वास्ते भी अपने इशनान पानी करिए तां उह थले बंदा अपने मैनूं देखिया, मैं देखिया भी उपरा बंदा ताला तोड़ के बाहर आया ते मैं उहनूं जफा पाउण दी कोशिश कीती। मेरे वालों तो सिंह साहब जहेदार बाबा नारायण सिंह जी वालों वाहेगुरु जी का खालसा वाहेगुरु जी की फतेह। जिहड़ी अज इत्थे इह तीजी घटना वापरी आ, जदों तो सिंघू मोर्चे दे उपर बेअदबी की घटना वापरी सी ना, उस टाइम उस दुष्ट ने कबूलिया सी भी सानू 20 बंदियां नू इत्थों भेजा गया ट्रेड करके। उन्हां 20 बंदियां दे विचों अज इत्थे चौथी बेअदबी हो गई पंजाब दे विच। 4 बंदे, 3 बंदे दे समझ लो भी सौदा लग गया 3 बंदियां दा, ते अजे बाकी 17 बंदे होर पंजाब दे विचों ਇਹ ਹੁਣ ਆ ਹੀ ਜਾਣਿਆ ਸਾਹਮਣੇ। ਜਿਸ ਤਰ੍ਹਾਂ ਉਸ ਬੰਦੇ ਨੇ ਕਬੂਲਿਆ ਸੀ ਨਾ, ਉਸ ਤਰ੍ਹਾਂ ਸਾਨੂੰ ਸੁਚੇਤ ਹੋਣਾ ਚਾਹੀਦਾ। ਇਹ ਬੰਦੇ ਸਾਨੂੰ ਲੱਭਣੇ ਪੈਣੇ ਆ, ਜਿੱਥੇ ਵੀ ਜਿਹਨੂੰ ਵੀ ਲੱਭਦੇ ਉਸੇ ਟਾਈਮ ਉਹਨੂੰ ਸੋਧਾ ਲਾਓ, ਖਤਮ ਕਰ ਦਿਓ, ਤਾਂ ਇਹ ਬੇਅਦਬੀਆਂ ਰੁਕਣਗੀਆਂ। ਨਹੀਂ ਤਾਂ ਸਾਡੇ ਗੁਰੂ ਦੀ ਬੇਅਦਬੀ ਇਸੇ ਤਰ੍ਹਾਂ ਹੁੰਦੀ ਰਹਿਣੀ ਆ। ਇਹ ਲੋਕਾਂ ਨੂੰ ਪਤਾ ਨਹੀਂ ਕੀ ਮਿਲਦਾ ਸਾਡੇ ਗੁਰੂ ਦੀ ਬੇਅਦਬੀ ਕਰਕੇ, ਬਾਕੀ ਕਿਸੇ ਹੋਰ ਧਰਮ ਦੀ ਕਿਉਂ ਨਹੀਂ ਬੇਅਦਬੀ ਹੁੰਦੀ। 2015 ਤੋਂ ਲੈ ਕੇ ਹੁਣ ਤੱਕ ਕਿਹੜੇ ਗੁਰੂ ਸਾਹਿਬ ਦੀ ਜਦੋਂ ਬੇਅਦਬੀ ਹੋਈ ਆ, ਕਿਹਨਾਂ ਨੂੰ ਇਨਸਾਫ ਦਿੱਤਾ ਗਾ? ਬੈਠਿਆਂ 'ਤੇ ਜਦੋਂ ਧਰਨਾ ਲੱਗਿਆ ਸੀ, ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਸੀ ਜਿਹੜੇ ਸਿੰਘ, ਉਹਨਾਂ 'ਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਮਾਰ ਦਿੱਤਾ, ਉਹਨਾਂ ਨੂੰ ਇਨਸਾਫ ਮਿਲ ਗਿਆ? 328 ਸਰੂਪਾਂ ਵਾਲਿਆਂ ਨੂੰ ਇਨਸਾਫ ਮਿਲ ਗਿਆ? ਉਲਟੀਆਂ ਉੱਥੋਂ ਡਾਂਗਾਂ ਪਈਆਂ ਨੇ। ਇਨਸਾਫ ਹੁਣ ਮਿਲਦਾ ਨਹੀਂ, ਇਨਸਾਫ ਲੈਣਾ ਪੈਂਦਾ ਗਾ। ਇਸ ਕਰਕੇ ਅਸੀਂ ਹੁਣ ਸਾਰੀਆਂ ਸੰਗਤਾਂ ਨੂੰ ਇਹੋ ਹੀ ਬੇਨਤੀ ਕਰਦੇ ਹਾਂ, ਜਿੱਥੇ ਵੀ ਕੋਈ ਬੇਅਦਬੀ ਦੀ ਘਟਨਾ ਵਾਪਰਦੀ ਆ, ਉਸੇ ਦੁਸ਼ਟ ਨੂੰ ਉਸੇ ਟਾਈਮ ਸੋਧਾ ਲਾਓ ਅਤੇ ਆਪਣਾ ਇਨਸਾਫ ਉਸੇ ਟਾਈਮ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਇਹ ਘਟਨਾਵਾਂ ਵਾਪਰਦੀਆਂ ਨੂੰ 6 ਸਾਲ 6 ਮਹੀਨੇ ਅਤੇ ਅੱਜ 19 ਦਿਨ ਹੋ ਗਿਆ। ਅੱਜ 19 ਤਰੀਕ ਨੂੰ ਸਵੇਰੇ 4 ਵਜੇ ਗੁਰਦੁਆਰਾ ਸਾਹਿਬ ਨਿਜਾਮਪੁਰ ਮੋੜ ਇੱਕ ਅਣਪਛਾਤਾ ਬੰਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਬੇਅਦਬੀ ਕਰਨ ਵਾਸਤੇ ਆਇਆ ਸੀ। ਮੌਕੇ 'ਤੇ ਬਾਬਾ ਅਮਰਜੀਤ ਸਿੰਘ ਨੇ ਉਹਨੂੰ ਫੜ ਲਿਆ, ਆਪਣੀ ਹਿਰਾਸਤ ਵਿੱਚ ਲਿਆ। ਜੋ ਖਾਲਸਾ ਪੰਥ 'ਤੇ ਇਕੱਠਾ ਹੋਇਆ, ਖਾਲਸਾ ਪੰਥ ਦੀਆਂ ਰਵਾਇਤਾਂ ਅਨੁਸਾਰ ਉਸ ਦੋਸ਼ੀ ਨੂੰ ਸਜ਼ਾ ਦਿੱਤੀ ਗਈ ਆ। ਜੋ ਖਾਲਸਾ ਪੰਥ ਦੀ ਰਵਾਇਤ ਆ ਜਾਨੋ ਮਾਰਨ ਦੀ, ਕਿਉਂਕਿ ਗੁਰਬਾਣੀ ਦਾ ਕਥਨ ਹੈ ਆਪਣ ਅਤੀ ਆਪਣਾ ਆਪ ਹੀ ਕਾਸ਼ਵਾਰੀਏ। ਅਸੀਂ ਸਰਕਾਰ ਅਤੇ ਪ੍ਰਸ਼ਾਸਨ 'ਤੇ 6 ਸਾਲ 6 ਮਹੀਨੇ 19 ਦਿਨ ਵੇਟ ਕੀਤੀ, ਡੀ ਕੀਤੀ, ਪਰ ਸਾਡੀ ਨਾ ਤਾਂ ਸਰਕਾਰ ਨੇ ਸੁਣੀ ਨਾ ਪ੍ਰਸ਼ਾਸਨ ਨੇ ਸੁਣੀ। ਆਖਿਰਕਾਰ ਖਾਲਸਾ ਪੰਥ ਨੂੰ ਖਾਲਸਾ ਹੀ ਰਵਾਇਤਾਂ ਦੇ ਅਨੁਸਾਰ ਆਪਣਾ ਫੈਸਲਾ ਖੁਦ ਕਰਨਾ ਪਿਆ। ਮੈਂ ਜਿੰਨੀਆਂ ਵੀ ਸੰਗਤਾਂ ਇੱਥੇ ਚੱਲ ਕਰਕੇ ਆਈਆਂ, ਮੈਂ ਸਾਰਿਆਂ ਦਾ ਧੰਨਵਾਦ ਕਰਦਾ। ਹਾਂਜੀ ਬਿਲਕੁਲ, ਸੋਧਾ ਲਾ ਦਿੱਤਾ ਗਿਆ ਜੀ ਉਹ ਪੁਲਿਸ ਪ੍ਰਸ਼ਾਸਨ ਦੇ ਕੋਲ। ਮੈਂ ਇਹ ਸਮਝਦਾ ਕਿ ਇਹ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਹੁੰਦੀਆਂ, ਪ੍ਰੀ ਪਲਾਨ ਹੁੰਦੀਆਂ। ਕਰਾਉਂਦਾ ਕੌਣ ਹੈ ਪੱਤਰਕਾਰਾਂ ਨੂੰ ਵੀ ਪਤਾ, ਜੇ ਜਨਤਾ ਨੂੰ ਪਤਾ ਕਰਾਉਂਦਾ ਕੌਣ ਇਹਦੇ ਪਿੱਛੇ ਕੌਣ ਆ, ਇਹ ਸਾਰਿਆਂ ਨੂੰ ਪਤਾ, ਕੋਈ ਭਰਮ ਭੁਲੇਖੇ ਵਾਲੀ ਗੱਲ ਨਹੀਂ। ਵਾਹਿਗੁਰੂ ਜੀ। ਉਸ ਨੇ ਉਸ ਥਾਂ ਦੇ ਉੱਤੇ ਬੇਅਦਬੀ ਕੀਤੀ, ਉਸ ਵਿਅਕਤੀ ਨੇ ਸਾਨੂੰ ਇਨਸਾਫ ਨਹੀਂ ਮਿਲਿਆ। ਉਸ ਸਮੇਂ ਉਸ ਦਾ ਨਾਂ ਲੱਗਦਾ ਨਹੀਂ, ਉਹ ਪੱਕਾ ਹੈ, ਉਹ ਪੱਕਾ ਕਿ ਸੁਖਬੀਰ ਬਾਦਲ ਨੇ, ਬਾਦਲ ਕਿਆ ਨੇ ਉਸ ਥਾਂ ਦੇ ਉੱਤੇ ਬੇਅਦਬੀ ਕਰਾਈ। ਅੱਜ ਇਹ ਪ੍ਰਸ਼ਾਸਨ ਕਹਿੰਦਾ ਭਾਈ ਸਾਨੂੰ ਦੇ ਦਿਓ, ਅਸੀਂ ਇਨਸਾਫ ਦਵਾਵਾਂਗੇ। ਸਾਨੂੰ ਇਸ ਪ੍ਰਸ਼ਾਸਨ ਨੇ, ਇਹਨਾਂ ਸਰਕਾਰਾਂ ਨੇ ਬਰਗਾੜੀ ਦਾ ਇਨਸਾਫ ਨਹੀਂ ਦਵਾਇਆ।
ਸਾਨੂੰ ਇਹ ਪ੍ਰਸ਼ਾਸਨ ਕੋਈ ਇਨਸਾਫ ਨਹੀਂ ਦਵਾਇਆ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਭਾਈ ਹੁਮ ਹਮਾ ਕੇ ਨਿਜ਼ਾਮਪੁਰ ਮੋੜ ਬਾਦਸ਼ਾਹਪੁਰ ਦੀ ਚੌਂਕੀ ਦੇ ਕੋਲ ਪਹੁੰਚੋ ਜਿੱਥੇ ਬਾਬਾ ਅਮਰਜੀਤ ਸਿੰਘ ਜੀ ਇਸ ਟਾਈਮ ਮੁੱਖ ਤੌਰ ਤੇ ਉੱਤੇ ਡਿਊਟੀ ਕਰ ਰਹੇ ਨੇ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਭਾਈ ਇੱਥੇ ਹੁਮ ਹਮਾ ਕੇ ਪਹੁੰਚੋ। ਇਹ ਸਿੱਖ ਕੌਮ ਦਾ ਮਾਮਲਾ ਹੈ, ਇਹ ਸਰਕਾਰਾਂ ਦੇ ਭੇਜੇ ਨੇ, ਇਹ ਗੁਰੂ ਘਰਾਂ ਦੇ ਵਿੱਚ ਬੇਅਦਬੀਆਂ ਕਰ ਰਹੇ ਨੇ। ਅਸੀਂ ਕਿਸੇ ਦੀ ਬੇਅਦਬੀ ਨਹੀਂ ਕਰਦੇ। ਇਹ ਜਦੋਂ ਬੇਅਦਬੀ ਹੋ ਜਾਂਦੀ ਹੈ ਇਹ ਕਹਿੰਦੇ ਭਾਈ ਪਾਗਲ ਹੈ। ਪਾਗਲ ਨੂੰ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇਖਦਾ ਹੈ, ਪਾਗਲ ਨੂੰ ਸਿਰਫ ਇੱਕ ਗੁਰੂ ਦੇਖਦਾ ਹੈ, ਪਾਗਲ ਨੂੰ ਸਿਰਫ ਇੱਕ ਗੁਰੂ ਦਾ ਘਰ ਦੇਖਦਾ ਹੈ, ਪਾਗਲ ਨੂੰ ਸਿਰਫ ਇੱਕ ਸਿੱਖ ਦੇਖਦਾ ਹੈ, ਪਾਗਲ ਨੂੰ ਸਿਰਫ ਇੱਕ ਗੁਰੂ ਗ੍ਰੰਥ ਸਾਹਿਬ ਦੇਖਦਾ ਹੈ, ਪਾਗਲ ਨੂੰ ਆਪਣੀ ਮਾਂ ਨਹੀਂ ਦੇਖਦੀ, ਪਾਗਲ ਨੂੰ ਆਪਣਾ ਪਿਓ ਨਹੀਂ ਦਿਸਦਾ, ਪਾਗਲ ਨੂੰ ਹੋਰ ਕੋਈ ਨਹੀਂ ਦਿਸਦਾ, ਪਾਗਲ ਨੂੰ ਆਪਣਾ ਪਰਿਵਾਰ ਨਹੀਂ ਦਿਸਦਾ ਕਿ ਇਹ ਪਾਗਲ ਆਪਣੀ ਮਾਂ ਨੂੰ ਮਾਰੇ, ਇਹ ਪਾਗਲ ਆਪਣੇ ਪਿਓ ਨੂੰ ਮਾਰੇ। ਇਹ ਪਾਗਲ ਨੂੰ ਦਿਸਦਾ ਹੈ ਤੇ ਦਿਸਦਾ ਇੱਕ ਸਿੱਖਾਂ ਦਾ, ਇੱਕ ਸਿੱਖ ਕੌਮ ਦਾ, ਇਹ ਗੁਰੂ ਗ੍ਰੰਥ ਸਾਹਿਬ ਦਿਸਦਾ ਕਿ ਇਸ ਨੂੰ ਅਸੀਂ ਅੰਗ ਪਾੜਨੇ ਨੇ, ਇਸ ਅੰਗਾਂ ਦੀ ਬੇਅਦਬੀ ਕਰਨੀ ਹੈ। ਇਹਨਾਂ ਨੂੰ ਸਿਰਫ ਇੱਕ ਦਿਸਦਾ ਤੇ ਦਿਸਦਾ ਗੁਰੂ ਗ੍ਰੰਥ ਸਾਹਿਬ ਹੈ। ਤੇ ਜਦ ਇਹ ਬੇਅਦਬੀ ਕਰ ਦਿੰਦੇ ਨੇ, ਕਈ ਵਿੱਚੋਂ ਕਹਿੰਦੇ ਨੇ ਭਾਈ ਇਹ ਪਾਗਲ ਹੈ, ਇਹ ਕਾਹਦਾ ਪਾਗਲ ਹੈ, ਅਸੀਂ ਇਹਨੂੰ ਪਾਗਲ ਹੀ ਸਮਝਦੇ, ਅਸੀਂ ਸੋਧਾ ਲਾਵਾਂਗੇ ਸਾਡੇ ਵੀਰ ਪਹੁੰਚਣ ਦਲ ਖਾਲਸਾ ਤੋਂ। ਉਹ ਕਹਿੰਦੇ ਭਾਈ ਅਸੀਂ ਚੜਕਾਵਾਂਗੇ, ਖਾਲਸਾ ਵਾਲੇ ਕਹਿੰਦੇ ਨੇ ਭਾਈ ਅਸੀਂ ਚੜਕਾਵਾਂਗੇ। ਇਹ ਤਾਂ ਇਸ ਤਰ੍ਹਾਂ ਜੀ, ਅਸੀਂ ਰਾਤ ਆਪਣੇ ਜਦੋਂ ਕਪੂਰਥਲੇ ਅੰਮ੍ਰਿਤਸਰ ਦਾ ਦੇਖ ਰਹੇ ਸੀ ਅਤੇ ਸੋਚ ਰਹੇ ਸੀ, ਮੈਂ ਅੰਮ੍ਰਿਤ ਵੇਲੇ ਜਦੋਂ ਉੱਠਿਆ ਤਾਂ ਮੈਨੂੰ ਉੱਪਰ ਖੜਾਕ ਦਾ ਆਵਾਜ਼ ਆਈ ਵੀ 4 ਵਜੇ ਜਿਹੜੇ ਬੱਚੇ ਨੇ ਵੀ ਮੇਰੇ ਤੋਂ ਪਹਿਲਾਂ ਉੱਠ ਖੜੇ, ਮੈਂ ਅੱਗੇ ਬੱਚਿਆਂ ਨੂੰ ਨਿਤਨੇਮ ਵਾਸਤੇ ਠਾਲਦਾ। ਜਿਸ ਵਕਤ ਮੈਂ ਆ ਕੇ ਗੀਜ਼ਰ ਚਲਾਉਣ ਵਾਸਤੇ ਵੀ ਆਪਣੇ ਇਸ਼ਨਾਨ ਪਾਣੀ ਕਰੀਏ ਤਾਂ ਉਹ ਥੱਲੇ ਬੰਦਾ ਆਪਣੇ ਮੈਨੂੰ ਦੇਖਿਆ, ਮੈਂ ਦੇਖਿਆ ਵੀ ਉੱਪਰਾ ਬੰਦਾ ਤਾਲਾ ਤੋੜ ਕੇ ਬਾਹਰ ਆਇਆ ਅਤੇ ਮੈਂ ਉਹਨੂੰ ਜੱਫਾ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਦੂਜੇ ਬੱਚੇ ਨੂੰ ਮੈਂ ਚਲਾ ਚਲਾ ਕੇ ਆਖਿਆ ਵੀ ਆਓ ਵੀ ਪਤਾ ਨਹੀਂ ਕਿਹੜਾ ਬੰਦਾ ਕਿਵੇਂ ਆਇਆ, ਜਾਨੂੰ ਇਹ ਬੰਦਾ ਸਾਡੇ ਕੋਲੋਂ ਭੱਜ ਜਾਂਦਾ। ਪਰ ਉਹ ਤੋਂ ਪਹਿਲਾਂ ਉਹ ਉੱਪਰ ਦਰਬਾਰ ਸਾਹਿਬ ਜਾਂਦਾ ਹੈ, ਦਰਬਾਰ ਸਾਹਿਬ ਸਾਡਾ ਉੱਪਰ ਆ ਅਤੇ ਉੱਪਰ ਜਾ ਕੇ ਜਿਸ ਵਕਤ ਇਹਨੇ ਦੇਖਿਆ ਨੇੜੇ ਸੁਖਮੀ ਸਾਹਿਬ ਦਾ ਰੂਮ ਹੈ, ਇੱਕ ਸੁਖਾਸਨ ਵਾਲਾ ਰੂਮ ਆ, ਉੱਥੇ ਜਦੋਂ ਸੁਖਮੀ ਸਾਹਿਬ ਦੇ ਰੂਮ 'ਚ ਵੜਦਾ ਤਾਂ ਅਚਾਨਕ ਕਿਤੇ ਲਾਈਟ ਭੱਜ ਜਾਂਦੀ ਹੈ ਅਤੇ ਹਨੇਰਾ ਹੋਣ ਤੋਂ ਫਿਰ ਥੱਲੇ ਆਉਂਦਾ ਅਤੇ ਉੱਥੇ ਇਹਨੇ ਖਲਾਰਾ ਕੀਤਾ ਸੁਖਮੀ ਸਾਹਿਬ ਵਾਲੇ ਕਮਰੇ 'ਚ ਅਤੇ ਉੱਥੇ ਕੋਈ ਪੋਥੀਆਂ ਵਗੈਰਾ ਨਹੀਂ ਸਨ ਅਤੇ ਜੇ ਸੁਖਾਸਨ ਵਾਲੇ ਕਮਰੇ 'ਚ ਜਾਂਦਾ ਫਿਰ ਆਪਾਂ ਨੂੰ ਬੇਅਦਬੀ ਹੋ ਸਕਦੀ ਸੀ, ਪਰ ਇਹ ਆਪਾਂ ਨੂੰ ਬਹੁਤ ਬਚਾਅ ਹੋ ਗਿਆ। ਫਿਰ ਜਦੋਂ ਸਾਡੇ ਕੋਲ ਬੰਦਾ ਫੜਿਆ ਗਿਆ ਅਸੀਂ ਉਹਨੂੰ ਪੁੱਛ ਰਹੇ ਵੀ ਇੱਦਾਂ ਕਰਕੇ ਵੀ ਤੂੰ ਕਿੱਥੋਂ ਆਇਆ, ਕੀ ਗੱਲ ਆ, ਉਹਨੇ ਸਾਨੂੰ ਕੋਈ ਆਪਣੇ ਨਹੀਂ ਦਿੱਤਾ। ਫਿਰ ਅਸੀਂ ਫੇਸਬੁੱਕ 'ਤੇ ਵੀ ਆਪਣੇ ਕੀਤਾ ਜਿਹਨੂੰ ਦੇਖ ਕੇ ਇਲਾਕੇ ਦੀਆਂ ਸੰਗਤਾਂ ਦਾ ਇੱਥੇ ਹਜੂਮ ਆਇਆ, ਮੋਹਤਬਰ ਬੰਦੇ ਇੱਥੇ ਪਹੁੰਚੇ ਅਤੇ ਹੁਣ ਪੁਲਿਸ ਪ੍ਰਸ਼ਾਸਨ ਵੀ ਹੈ। ਪਰ ਇਹ ਹੁਣ ਕਿਸੇ ਕੰਢੇ ਵੱਟੇ ਗੱਲ ਲੱਗਣੀ ਚਾਹੀਦੀ ਹੈ ਵੀ ਜਿਹੜਾ ਇਹ ਬੰਦਾ ਫੜਿਆ ਇਹਦਾ ਪਤਾ ਹੋਣਾ ਚਾਹੀਦਾ ਵੀ ਇਹ ਕਿਹੜੇ ਪਿੰਡ ਤੋਂ ਆ, ਕਿਹੜੇ ਜ਼ਿਲ੍ਹੇ ਤੋਂ ਆ, ਇਹਦੀ ਪਿੱਛੇ ਕੀ ਨੀਤੀ ਆ ਇੱਥੇ ਆਉਣ ਦੀ। ਨਹੀਂ, ਪੁਲਿਸ ਪ੍ਰਸ਼ਾਸਨ ਦੇ ਜੇ ਜਥੇਬੰਦੀਆਂ ਦੀ ਅਤੇ ਪੁਲਿਸ ਪ੍ਰਸ਼ਾਸਨ ਦੀ ਆਪਸ ਵਿੱਚ ਬਹਿਸ ਹੋ ਰਹੀ ਆ ਅਤੇ ਜਥੇਬੰਦੀਆਂ ਕਹਿ ਰਹੀਆਂ ਨੇ ਵੀ ਅਸੀਂ ਇਹਨੂੰ ਹੁਣ ਹੀ ਲੈ ਕੇ ਆਪਣੇ ਝਟਕਾ ਦਿੰਦੇ ਹਾਂ, ਮੈਂ ਉਹ ਗੱਲ ਨਾਲ ਸਹਿਮਤ ਹਾਂ ਵੀ ਝਟਕਾਇਆ ਜਾਵੇ। ਅਗਰ ਉਹ ਝਟਕਾ ਦਿੱਤਾ, ਮਾਰ ਦਿੱਤਾ, ਫਿਰ ਆਪਾਂ ਨੂੰ ਪਿੱਛੇ ਦਾ ਪਤਾ ਨਹੀਂ ਲੱਗਣਾ। ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਵੇਰੇ ਤੜਕੇ 4 ਵਜੇ ਇੱਥੇ ਕੋਈ ਅਣਪਛਾਤਾ ਆਦਮੀ ਆਇਆ ਜਿਸ ਨੇ ਘਟਨਾ ਕਰਮ ਕਰਨ ਨੂੰ ਯਤਨ ਕੀਤਾ। ਇਸ ਡੇਰੇ ਦੇ, ਇਸ ਗੁਰਦੁਆਰੇ ਦੇ ਮੁੱਖ ਸੇਵਾਦਾਰ ਸਰ ਅਮਰਜੀਤ ਸਿੰਘ ਜੀ ਬਾਬਾ ਜੀ, ਜਿਨ੍ਹਾਂ ਨੇ ਉਹ ਵੀਡੀਓ ਵਾਇਰਲ ਕੀਤੀ ਕਿ ਸਾਰੀਆਂ ਸੰਗਤਾਂ ਨੂੰ ਆਵਾਜ਼ ਮਾਰੀ, ਕੋਈ ਅਪਰਾਧੀ, ਕੋਈ ਦੁਸ਼ਟ ਅੱਜ ਗੁਰੂ ਘਰ ਵਿੱਚ ਆਇਆ ਅਤੇ ਉਹ ਬੇਅਦਬੀ ਕਰਨ ਦਾ ਯਤਨ ਕਰਦਾ ਸੀ, ਪਰ ਉਹਨੂੰ ਅਸੀਂ ਫੜ ਲਿਆ। ਉਹ ਵੀਡੀਓ ਸੁਣ ਕੇ ਮੈਂ ਵੀ ਉਸੇ ਟਾਈਮ ਹੀ ਸਵੇਰ ਦਾ ਹੀ ਇੱਥੇ ਆਇਆ ਹਾਂ। ਜਦੋਂ ਉਹ ਵੀਡੀਓ ਸਾਰੇ ਇਲਾਕੇ 'ਚ ਸਾਰੀਆਂ ਧਾਰਮਿਕ ਜਥੇਬੰਦੀਆਂ ਕੋਲ ਪਹੁੰਚੀ ਤਾਂ ਉਹ ਸੁਣ ਕੇ ਬਹੁਤ ਵੱਡੀ ਗਿਣਤੀ 'ਚ ਨਿਹੰਗ ਸਿੰਘ ਜਥੇਬੰਦੀਆਂ ਔਰ ਇਲਾਕੇ ਦੀਆਂ ਸਾਰੀਆਂ ਹੀ ਧਾਰਮਿਕ ਜਥੇਬੰਦੀਆਂ
ਅਤੇ ਅਸੀਂ ਬਤੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਹਲਕੇ ਦੇ ਸੇਵਾਦਾਰ ਹੋਣ ਦੇ ਨਾਤੇ ਅਸੀਂ ਆ ਕੇ ਇੱਥੇ ਦੇਖਿਆ ਪੁਲਿਸ ਪ੍ਰਸ਼ਾਸਨ ਨੇ ਪੂਰੀ ਤਰ੍ਹਾਂ ਆ ਕੇ ਘੇਰਾ ਪਾਇਆ ਹੋਇਆ ਸੀ ਔਰ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਉਹ ਵੀ ਮੌਕੇ 'ਤੇ ਹਾਜ਼ਰ ਸੀ ਪਰ ਲੋਕਾਂ ਦੇ ਵਿੱਚ ਇੰਨਾ ਗੁੱਸਾ ਸੀ ਰੋਹ ਸੀ ਉਹਦਾ ਕਾਰਨ ਸੀ ਕਿ ਰਾਤ ਹੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਇੱਕ ਅਪਰਾਧੀ ਨੇ ਇੱਕ ਦੁਸ਼ਟ ਨੇ ਜੰਗਲਾ ਟੱਪ ਕੇ ਜਾ ਕੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਔਰ ਉੱਥੇ ਉਹਨਾਂ ਨੇ ਸੰਗਤਾਂ ਨੇ ਉਹਨਾਂ ਨੂੰ ਸੋਧਾ ਲਾ ਦਿੱਤਾ ਇਹ ਲਗਾਤਾਰ ਜਿਹੜੀਆਂ ਘਟਨਾਵਾਂ ਵਾਪਰਦੀਆਂ ਵਾਰ ਵਾਰ ਵਾਪਰਦੀਆਂ ਔਰ ਤਿੰਨ ਦਿਨ ਪਹਿਲਾਂ ਹੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਗੁਟਕਾ ਸਾਹਿਬ ਨੂੰ ਪਾੜ ਕੇ ਸਰੋਵਰ ਦੇ ਵਿੱਚ ਸਿੱਟ ਦੇਣਾ ਇਹ ਵੀ ਇੱਕ ਬੇਅਦਬੀ ਸੀ ਅਤੇ ਇਸ ਕਰਕੇ ਪੂਰੇ ਪੰਜਾਬ ਦੇ ਵਿੱਚ ਹਰ ਸੰਗਤ ਦੇ ਵਿੱਚ ਇਹ ਬੜਾ ਵੱਡਾ ਰੋਹ ਪਾਇਆ ਜਾਇਆ ਗੁੱਸਾ ਹੈ ਕਿ ਕਿਉਂਕਿ ਹੁਣ ਤੱਕ 2007 ਤੋਂ ਲੈ ਕੇ ਅਨੇਕਾਂ ਵਾਰ ਬੇਅਦਬੀਆਂ ਹੋਈਆਂ ਪਰ ਸਰਕਾਰਾਂ ਨੇ ਮੌਜੂਦਾ ਸਰਕਾਰਾਂ ਨੇ ਦੋਸ਼ੀਆਂ ਨੂੰ ਕੋਈ ਢੁੱਕਵੀਂ ਸਜ਼ਾ ਨਹੀਂ ਦਿੱਤੀ ਜਿਸ ਕਰਕੇ ਸੰਗਤ ਜਿਹੜੀ ਆ ਹੁਣ ਇੱਕ ਫੈਸਲਾ ਕਰ ਲਿਆ ਸੰਗਤਾਂ ਨੇ ਕਿ ਜੇ ਸਰਕਾਰਾਂ ਕੋਈ ਨਿਆਂ ਨਹੀਂ ਦੇ ਰਹੀਆਂ ਸਰਕਾਰਾਂ ਕੋਈ ਦੋਸ਼ੀ ਨੂੰ ਫੜ ਨਹੀਂ ਸਕਦੀਆਂ ਫਿਰ ਛੱਡ ਦਿੰਦੀਆਂ ਇਸ ਕਰਕੇ ਸੰਗਤਾਂ ਦੇ ਗੁਰਸਿੱਖਾਂ ਦੇ ਮਨਾਂ 'ਚ ਬੜਾ ਰੋਸ ਆ ਔਰ ਰੋਸ ਕਰਕੇ ਸੰਗਤਾਂ ਨੇ ਫੈਸਲਾ ਕਰ ਲਿਆ ਕਿ ਜਿਹੜਾ ਦੋਸ਼ੀ ਕਾਬੂ ਆਵੇ ਉਸ ਨੂੰ ਸਜ਼ਾ ਜਿਹੜੀਆਂ ਗੁਰੂ ਖਾਲਸਾ ਪੰਥ ਆਪ ਹੀ ਦੇਵੇਗਾ ਤਾਂ ਕਿ ਇਹ ਜਿਹੜੀਆਂ ਘਟਨਾਵਾਂ ਨੇ ਇਹ ਤਾਂ ਹੀ ਰੁਕ ਸਕਦੀਆਂ ਨੇ ਦੇਖੋ ਸਾਰੇ ਧਰਮ ਸਤਿਕਾਰਯੋਗ ਨੇ ਮੈਂ ਸਾਰਿਆਂ ਹੀ ਧਰਮਾਂ ਦਾ ਬਹੁਤ ਦਿਲੋਂ ਸਤਿਕਾਰ ਕਰਦਾ ਕਦੀ ਤੁਸੀਂ ਦੇਖਿਆ ਕਿ ਆਪਣੇ ਮਸੀਤਾਂ ਦੇ ਵਿੱਚ ਵੀ ਕੋਈ ਇਹੋ ਜਿਹੀ ਘਟਨਾ ਵਾਪਰੀ ਕਦੀ ਦਲ ਪੰਜਵਾਂ ਤਖ਼ਤ 96 ਕਰੋੜੀ ਖਾਲਸਾ ਦਾਸ ਮਾਨ ਸਿੰਘ ਅਕਾਲੀ ਲੰਮੇ ਸਮੇਂ ਤੋਂ ਘਟਨਾਵਾਂ ਹੋ ਰਹੀਆਂ ਸੀ ਇਹ ਗੱਲ ਸੀ ਵੀ ਸਰਕਾਰ 'ਤੇ ਭਰੋਸਾ ਕਰਦੀ ਸਰਕਾਰ ਇਨਸਾਫ ਦਵਾਊਗੀ ਸਰਕਾਰ ਜਦੋਂ ਇਨਸਾਫ ਨਹੀਂ ਕਰ ਸਕੀ ਸਭ ਤੋਂ ਸਾਡੇ ਮੇਨ ਤਖ਼ਤ ਨੇ ਜਦੋਂ ਕੇਸਗੜ੍ਹ ਸਾਹਿਬ ਬੇਅਦਬੀ ਹੋਈ ਨਾ ਬਹੁਤ ਵਿਸ਼ਵਾਸ ਸਰਕਾਰ ਨੇ ਸਾਨੂੰ ਦਵਾਇਆ ਵੀ ਅਸੀਂ ਤੁਹਾਨੂੰ ਇਨਸਾਫ ਦੇਵਾਂਗੇ ਕੋਈ ਇਨਸਾਫ ਨਹੀਂ ਉਹ ਜ਼ਮਾਨਤ ਕਰਾ ਕੇ ਆਪੋ ਆਪਣੇ ਘਰਾਂ ਦੇ ਵਿੱਚ ਅਸੀਂ ਸੰਘਰਸ਼ ਕਰਨ ਵਾਲੇ ਜਿਹੜੇ ਆ ਉਹਨਾਂ 'ਤੇ ਪਰਚੇ ਉਹਨਾਂ ਵਾਸਤੇ ਜੇਲ੍ਹਾਂ ਸਾਡੇ 'ਤੇ ਵੀ ਚੱਲਦੇ ਪਏ ਪਰਚੇ ਅਸੀਂ ਵੀ ਤਰੀਕਾਂ ਭੁਗਤਦੇ ਹਾਂ ਉਹਨਾਂ 'ਤੇ ਪਰਚੇ ਅਤੇ ਜਿਹੜੇ ਲੋਕ ਬੇਅਦਬੀਆਂ ਕਰਨ ਵਾਲੇ ਉਹਨਾਂ ਨੂੰ ਸਰਕਾਰ ਬੋਡੀਗਾਰਡ ਗਨਮੈਨ ਦੇ ਕੇ ਉਹਨਾਂ ਦੀ ਸਿਕਿਉਰਿਟੀ ਕਰਦੀ ਹੈ ਆਖਰਕਾਰ ਫਿਰ ਸਿੰਘੂ ਬਾਰਡਰ ਤੋਂ ਐਲਾਨ ਹੋਇਆ ਸਿੰਘੂ ਬਾਰਡਰ ਦੇ ਉੱਤੇ ਸਿੰਘਾਂ ਨੇ ਝਟਕਾ ਕਰ ਦਿੱਤਾ ਉਹਦੇ ਤੋਂ ਬਾਅਦ ਫਿਰ ਲੋਕ ਜਿਹੜੇ ਇਨਕਲਾਬੀ ਜਾਗ ਉੱਠੇ ਆ ਵੀ ਜਿਹੜਾ ਬੇਅਦਬੀ ਕਰਨ ਵਾਸਤੇ ਆਊਗਾ ਉਹਦਾ ਹਸ਼ਰੇ ਹੋਊਗਾ ਵੇਖੋ ਪੰਜਾਬ ਪੁਲਿਸ ਵਾਲੇ ਵੀ ਸਾਡੇ ਭਰਾ ਵਾ ਇਹਨਾਂ ਨੇ ਬਹੁਤ ਕੰਮ ਕੱਢੇ ਆ ਸਮੇਂ ਦੇ ਨਾਲ ਜੇ ਆਪਾਂ ਇਤਿਹਾਸ ਪੜ੍ਹ ਕੇ ਵੇਖ ਲਈਏ ਨਾ ਪਿਛਲਾ ਉਹਨਾਂ ਸਮਿਆਂ ਦੇ ਵਿੱਚ ਪੰਜਾਬ ਪੁਲਿਸ ਦੇ ਵੀ ਬਹੁਤ ਵੱਡੇ ਯੋਗਦਾਨ ਰਹੇ ਜਿਨ੍ਹਾਂ ਨੇ ਕਿ ਸਾਡਾ ਸਾਥ ਵੀ ਦਿੱਤਾ ਔਰ ਦੁਸ਼ਟਾਂ ਨੂੰ ਸੋਧਾ ਵੀ ਲਾਇਆ ਉਹ ਪੰਜਾਬ ਪੁਲਿਸ ਦੇ ਵਿੱਚੋਂ ਨਿਕਲੇ ਸੀ ਜਿਹੜੇ ਆਂਗ ਰਕਸ਼ਕ ਸੀ ਉਹਨਾਂ ਨੇ ਗੱਡੀ ਚਾੜਿਆ ਇਹ ਤੁਸੀਂ ਸਾਰੇ ਜਾਣਦੇ ਆ ਮੇਰੇ ਸ਼ਬਦਾਂ ਦੇ ਮਤਾਜ ਨਹੀਂ ਹੈ ਸੋ ਕਹਿਣ ਦਾ ਭਾਵ ਹੈ ਵੀ ਇਹ ਤਾਂ ਜਿੰਨੇ ਕੁ ਮਜਬੂਰ ਆ ਅਤੇ ਵੱਜੇ ਪਏ ਕੁਝ ਨਹੀਂ ਕਰ ਸਕਦੇ ਪਰ ਜਿਹੜੀ ਸੰਗਤ ਬਹੁਤ ਕੁਝ ਕਰ ਸਕਦੀ ਹੈ ਜੇ ਸੰਗਤ ਆਪਣੀ ਜ਼ਿੰਮੇਵਾਰੀ ਨੂੰ ਸਮਝੇ ਅਤੇ ਮੇਰੇ ਹਿਸਾਬ ਦੇ ਨਾਲ ਜੇ ਇਹੋ ਜਿਹੇ ਦੁਸ਼ਟ 2-4 ਹੋਰ ਝਟਕੇ ਜਾਣਗੇ ਅਤੇ ਗਾਂ ਤੋਂ ਕੋਈ ਹਿੰਮਤ ਨਹੀਂ ਕਰੇ ਤਾਂ ਜੋ ਕੋਈ ਬੇਅਦਬੀ ਨਾ ਹੋ ਸਕੇ ਪੱਗ ਨੂੰ ਹੱਥ ਪਾ ਲਏ ਤੁਹਾਡੀ ਦਾੜੀ ਕੇਸ ਪੁੱਟਦਾ ਆਵੇ ਤੁਸੀਂ ਦੱਸੋ ਵੀ ਪਹਿਲਾਂ ਹੋਰ ਕਿਹੜਾ ਹੱਲ ਤੁਸੀਂ ਥਾਣੇ ਜਾਓਗੇ ਪਹਿਲਾਂ ਰਿਪੋਰਟ ਲਿਖਾਉਣ ਵਾਸਤੇ ਕਿ ਜਾਂ ਉਹਨੂੰ ਮੌਕੇ 'ਤੇ ਝਟਕੋਗੇ ਤੁਹਾਡੇ ਬਾਪ ਦੀ ਪੱਗ ਨੂੰ ਹੱਥ ਪਾਇਆ ਹੋਵੇ ਤਾਂ ਪਹਿਲਾਂ ਥਾਣੇ ਜਾਓਗੇ ਕਿ ਜਾਂ ਉਹਨੂੰ ਝਟਕੋਗੇ ਮੈਂ ਤਾਂ ਪਹਿਲਾਂ ਵੀ ਕਹਿ ਚੁੱਕਾ ਵੀ ਬਾਬਾ ਜੀ ਦੀ ਇਹ ਗਲਤੀ ਆ ਜਦੋਂ ਅੰਮ੍ਰਿਤ ਵੇਲੇ ਝਟਕ ਕੇ ਫਿਰ ਪੁਲਿਸ ਨੂੰ ਫੋਨ ਕਰਨਾ ਚਾਹੀਦਾ ਸੰਗਤ ਨੂੰ ਫੋਨ ਕਰਦੇ ਵੀ ਆਹ ਸੰਗਤ ਜੀ ਆਹ ਮੈਂ ਕਾਰਾ ਕਰ ਦਿੱਤਾ ਅਤੇ ਹੁਣ ਆ ਕੇ ਸਾਂਭ ਲਓ ਠੀਕ ਹੈ ਜੀ ਇਹ ਸੰਗਤ ਦਾ ਕੰਮ ਆ ਸਾਰਿਆਂ ਦਾ ਅਤੇ ਇੱਕ ਜਾਣੇ 'ਤੇ ਨਹੀਂ ਸਾਰਿਆਂ 'ਤੇ ਪਰਚੇ ਹੁੰਦੇ ਸਾਰੇ ਹੀ ਅੰਦਰ ਜਾਂਦੇ ਆ ਜਿੰਨੇ ਜਾਣੇ ਆਏ ਸਾਰੇ ਜਾਣੇ ਚਾਹੀਦੇ ਨਾਲ ਜੇ ਸਾਰੇ ਨਾਲ ਜਾਣਗੇ ਸੰਗਤ ਵੇਖੋ ਸੰਗਤ ਤੋਂ ਵੱਡਾ ਕੋਈ ਵੀ ਨਹੀਂ ਹੈ ਜੇ ਸੰਗਤ ਸਾਥ ਦੇਵੇ ਤਾਂ ਮੈਂ ਕਹਿੰਦਾ ਦੁਸ਼ਟ ਜੰਮਣੇ ਹੀ ਨਹੀਂ ਹੈ ਜੇ ਇੱਕ ਦੂਜੇ ਦੀ ਢਾਲ ਬਣੀਏ ਲੱਤਾਂ ਨਾ ਖਿੱਚੀਏ ਅਤੇ ਭਾਵੇਂ ਕੋਈ ਗੀਤਾ ਚਾਹੇ ਕੋਈ ਕੁਰਾਨ ਚਾਹੇ ਕੋਈ ਬਾਈਬਲ ਹੈ ਅਤੇ ਚਾਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਆ ਕਿਸੇ ਦੀ ਵੀ ਬੇਅਦਬੀ ਨਹੀਂ ਹੋ ਸਕਦੀ ਜੇ ਇੱਕ ਦੂਜੇ ਦਾ ਸਾਥ ਦਈਏ ਇੱਕ ਦੂਜੇ ਢਾਲ ਬਣ ਕੇ ਬਾਈ ਜੀ ਸਾਨੂੰ ਇਸ ਗੱਲ ਦਾ ਨਹੀਂ ਪਤਾ ਲੱਗਿਆ ਵੀ ਕਿੱਥੋਂ ਦਾ ਨਹੀਂ ਬਸ ਮੈਂ ਤੁਹਾਡੇ ਇਹ ਸੋਸ਼ਲ ਮੀਡੀਆ ਰਾਹੀਂ ਇੱਕੋ ਗੱਲ ਕਹਿਣਾ ਚਾਹੁੰਦਾ ਵੀ ਜਿੱਥੋਂ ਦੇ ਵੀ ਤੁਸੀਂ ਆਉਂਦੇ ਆ ਇੱਕ ਗੱਲ ਯਾਦ ਰੱਖਿਓ ਅਸੀਂ ਕਿਸੇ ਦੇ ਘਰ ਵੱਲ ਜਾਂਦੇ ਨਹੀਂ ਆ ਪਰ ਜੇ ਤੁਸੀਂ ਆਓਗੇ ਜਿੱਥੋਂ ਨਿਕਲਿਆ ਉੱਥੇ ਹੀ ਵਾੜਾਂਗੇ ਹੋਰ ਵੀ ਤੁਰੇ ਫਿਰਦੇ ਜਿਹੜੇ ਇਹ ਪੈਸੇ ਦੇ ਲਾਲਚ ਦੇ ਵਿੱਚ ਜਿਹੜੇ ਬੇਅਦਬੀਆਂ ਕਰਨ ਵਾਸਤੇ ਗੁਰੂ ਘਰਾਂ ਵੱਲ ਆ ਰਹੇ ਆ ਉਹਨਾਂ ਨੂੰ ਵੀ ਇੱਕ ਗੱਲ ਕਹਿਣਾ ਚਾਹੁੰਦੇ ਹਾਂ ਵੇਖੋ ਇਹ ਨਾ ਸੋਚੋ ਵੀ ਪੰਜਾਬ ਵਾਲੇ ਇਕੱਲੇ ਦਾਲ ਦੇ ਲੰਗਰ ਲਾਉਂਦੇ ਢਿੱਡ ਭਰਨ ਵਾਲੇ ਪ੍ਰਸ਼ਾਦਿਆਂ ਦੇ ਲੰਗਰ ਲਾਉਂਦੇ ਜੇ ਲੋੜ ਪਵੇ ਸਿਰਾਂ ਦੇ ਲੰਗਰ ਵੀ ਲਾਉਂਦੇ ਆ ਇਹ ਪਹਿਲਾਂ ਤਾਂ ਕੜਾਹ ਪ੍ਰਸ਼ਾਦ ਨਾਲ ਰਜਾਉਂਦੇ ਅਗਲੇ ਨੂੰ ਅਤੇ ਜੇ ਨਾ ਮੰਨਿਆ ਫਿਰ ਤੇਗ ਦੇ ਨਾਲ ਦੇ ਵਿੱਚ ਘਟਨਾ ਹੋਈ ਜਿਹਦੇ ਵਿੱਚ ਸਿੰਘਾਂ ਨੇ ਇੱਕ ਬੰਦੇ ਸੋਧਾ ਲਾਇਆ ਔਰ ਉਹਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਜ਼ਖਮੀ ਹਾਲਾਤ 'ਚ ਕੀ ਹਾਲਾਤ ਸੀ ਜਦੋਂ ਲਿਆਂਦਾ ਗਿਆ ਇੱਕ ਬਾਡੀ ਲੈ ਕੇ ਆਏ ਜੀ ਜਿਹੜਾ ਪੇਸ਼ੈਂਟ ਆਇਆ ਹੈਗਾ ਉਹ 20-22 ਸਾਲ ਦਾ ਯੁਵਕ ਹੈਗਾ ਔਰ ਉਹਦੀ ਬਾਡੀ ਡਾਇਰੈਕਟਲੀ ਮੋਰਚਰੀ ਵਿੱਚ ਹੀ ਸ਼ਿਫਟ ਕਰਾਈ ਗਈ ਹੈ
और बाकी इस तो अलावा कोई नाम वगैरह की सानू कोई पुष्टि नहीं हुई। कोई सर उदा पता जिंदा सी या मर गया सी कोई इदा दी कोई पुष्टि नहीं? ब्रॉड डेडी लेके आए जी, उस सीधा मॉर्चरी जी लेके आए। सट्टा किथे किथे सी ज्यादा कुछ एक्सप्लेन होया? वो तो मॉर्चरी तो जब असि पोस्टमार्टम करांगे फिर ही सट्टा मारे ज्यादा दस सकदे। मुरली जांच जी तुहानूं लगदा किस तरह मरिया होगा? दस्या जी ये सारी जदों आपां पोस्टमार्टम करांगे उस वेले ही असी सारी सट्टा मारे जानकारी दवांगे। पंजाब दे अंदर जिहड़ियां लगातार गुरु ग्रंथ साहिब दी बेअदबी दीआं घटनावां आ उन सिखां नूं बहुत असह पीड़ा दिती है। सिख इस गल तो बहुत पहले ही डाढे परेशान ते दुखी है। पर कल दी जिहड़ी ताज़ा घटना दरबार साहिब होई उस तो बाद सवेरे जदों खबर मिली सिख संगतां नूं कि अज इत्थे भी एक बंदा फड़िया गया जिहड़ा कि पिछों दिल्ली दा दस रिहा, जिहड़ा दरबार साहिब सी उह यूपी तों दस रिहा सी। इह किते ना किते इस तरह लगता है कि यह एजेंसियां दी खेड है। ये बंदे प्लांट किए हुए हैं, जिवें जदों सिंघी बॉर्डर के उत्ते निहंग सिंघां वालों भी एक बंदे नूं कतल किया गया सी, उहदे भी यह लफ्ज़ सी कि सानू बंदियां नूं हायर किया गया जिन्हां नूं पैसे दिते गए थे, उन 20 जां शायद 30 दी अपनी गिणती दसी सी। सानू लगता कि उसी सीरीज़ की एक कड़ी है कि यह बंदे पंजाब दे विच सरगर्म हो गए ने। सो दोनों ही जिहड़े इंसीडेंट है ताजे, एक कल शाम का एक अज सवेर का, ये उस कड़ी नूं जिहड़ा दर्शाउंदा है कि ये एजेंसियां दे प्लांट बंदे ने और ये पंजाब दे विच सिखां नूं पीड़ देण और जिहड़ा पंजाब दा शांत माहौल है उहनूं खराब करन लई इत्थे भेजे गए ने। दूजी गल असीं इह वी समझदे आ कि जिहड़ा किसान संघर्ष मोर्चे दौरान सिख स्पिरिट ने जिहड़ा दिल्ली नूं हराया, जिहड़ी दिल्ली नूं अपनी हार है बर्दाश्त नहीं हो रही और सिखां नूं जिहड़ा इहदे विच सन्मान मिलिया, जिहड़ी वडियाई मिली है, ये उहनां तों बर्दाश्त नहीं हो रही। ये सिखां नूं चढ़ाउण लई, सिखां नूं दुखी करन लई ये सारियां साजिशां जिहड़ियां हो रहियां ने। पर मैं इत्थे गल जरूर कहनी चाहुंदा कि सिख पहले ही इस तरह दीआं बदनाम बेअदबी दीआं घटनावां तों बहुत दुखी ने। अज जो सिख कल कीता ते जो अज नौजवानां ने कीता उह इक गुस्से दी ते रोह दा मुजहरा है। जिहड़ा भी गुरु घर दे विच इस तरह की नीयत नाल आऊगा, मैं समझदा कि सिखां दे कोल इस दे अलावा होर कोई हल ही नहीं हैगा। पंजाब पुलिस ने भी बंदियां नूं फड़िया है अलग अलग मौक़ों ते, पर अज तक किसी भी बंदे नूं कोई सज़ा नहीं, कोई जेल नहीं, कोई उहदी इंटरोगेशन नहीं, उहनूं मंदबुद्धि करार दित्ता जाण। सिख आकर हक के की करन? सो सिखां कोल इक्को ही राह बचदा है कि जदों सारे हीले वसीले खत्म हो जाण ते फिर अपने हक आप लैण दा राह बचदा। सो अज जो नौजवानों ने गुस्से विच कीता इहदा हशर यही होना सी। मैं सरकारां नूं भी इत्थे कहनी चाहुंदा और सिख संगतां नूं भी अपील करनी चाहुंदा दो गल्लां, कि सरकारां भी इस संवेदनशील मुद्दे ते ध्यान देण, जिहड़े ये लोग ने इहनां नूं कड़ी तो कड़ी सज़ा देण। सिख संगतां नूं यह अपील करनी चाहुंदा कि हो सकदा कि यह चीज़ां होर आउण वाले समें च वधण। सो अपने अपने पिंडां च, नगरां च, गुरद्वारां विच बहुत इतिहाद, बहुत ही निगरानी रखण की लोड़ है। सिख संगतां जिहड़ियां सुचेत रहण। जनरल सैकटरी दल खालसा। वाहिगुरू जी का खालसा, वाहिगुरू जी की फतेह। अज बहुत ही दर्दनाक घटना सचखंड श्री दरबार साहब विखे वापरी, जिहड़ी कि बहुत असह भी है, बड़ी दर्दनाक भी है। इन्नी पीड़ा सारे संसार दे विच गुरु नानक नाम लेवा संगत नूं हुई है कि वह मैं अपने अखरां विच वर्णन नहीं कर सकती। दुख की गल यह है कि एक व्यक्ति कोई घंटा दो घंटे लाइन विच खड़ा होया होएगा, मत्था टेक के एकदम छाल मार के अंदर वड़ गया, सेवादार ने पूछा। हुण इहदे पिछे राज की हो सकता है? यह कोई एक मिनट विच मन नहीं बन सकता किसी का। यह तो पिछे सरकारी तौर पर कोई ऐसियां एजेंसियां होणगियां जिन्होंने पंजाब नूं देश नूं अग लाउण वाले पासे नूं जिस तरह तोरना हुंदा है उस पासे वल तोरन वास्ते जतन कीते। जे यह बेअदबी की घटना अज एडी वड्डी श्री दरबार साहब च वापरी है, जिस अस्थान दे उत्ते यह बख्शिश है डिठे सभे थाम नहीं तुद जिया, जिथे सभे सांझी वालता की गल की जाती है, जिथे सरबत भले की अरदास की जाती है, जिथे चौं वर्णा को सांझा उपदेश दिता जाता है, जिथे सारे धर्मां दे लोगां नूं अपनी बुक्कल विच लिया जाता है। असी सब धर्मां दा सन्मान करते हैं, पर दुख की गल यह है कि उस पवित्र स्थान दे उत्ते अज वो मस्सा रंगण वाला फिर घटना जिहड़ी वापरी है। मैं समझदी हां कि इह तों माड़ी घटना, इह तों दर्दनाक घटना ते इह तों वड्डा पाप कोई हो नहीं सकता। अज तों पहलां जिहड़ियां घटनावां वापरियां
ਉਹ ਘਟਨਾਵਾਂ ਦੇ ਸੰਬੰਧ ਵਿੱਚ ਸਰਕਾਰ ਨੂੰ ਹਮੇਸ਼ਾ ਹੀ ਤਾੜਨਾ ਵੀ ਕੀਤੀ ਗਈ, ਬੇਨਤੀਆਂ ਵੀ ਕੀਤੀਆਂ ਗਈਆਂ। ਹਰ ਦੋਸ਼ੀ ਨੂੰ ਪਕੜ ਕੇ ਸਰਕਾਰ ਦੀ ਪੁਲਿਸ ਦੇ ਹਵਾਲੇ ਕੀਤਾ ਗਿਆ। ਕੇਸਗੜ੍ਹ ਸਾਹਿਬ, ਸ੍ਰੀ ਤਖ਼ਤ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਜਦੋਂ ਘਟਨਾ ਵਾਪਰੀ, ਦੋਸ਼ੀ ਸਰਕਾਰ ਨੂੰ ਦਿੱਤਾ ਗਿਆ। ਬ੍ਰੇਨ ਮੈਪਿੰਗ ਤੱਕ ਮੰਗ ਕੀਤੀ ਗਈ, ਨਾਰਕੋ ਟੈਸਟ ਤੱਕ ਮੰਗ ਕੀਤੀ ਗਈ ਕਿ ਦੋਸ਼ੀ ਦੀ ਐਨ ਜਾਂਚ ਕੀਤੀ ਜਾਵੇ, ਤਹਿ ਤੱਕ ਜਾਇਆ ਜਾਵੇ। ਜੇ ਉਹ ਦੋਸ਼ੀਆਂ ਨੂੰ ਜਾਂਚ ਕਰਕੇ ਚੰਗੀ ਸਜ਼ਾ ਦਿੱਤੀ ਜਾਂਦੀ ਔਰ ਸੱਚ ਜਿਹੜਾ ਸੀ ਲੋਕਾਂ ਦੇ ਸਾਹਮਣੇ ਕੀਤਾ ਜਾਂਦਾ, ਇਨਸਾਫ਼ ਸਿੱਖਾਂ ਨੂੰ ਦਿੱਤਾ ਜਾਂਦਾ, ਸਾਰੇ ਗੁਰੂ ਨਾਨਕ ਨਾਮ ਲੈ ਸੰਗਤ ਨੂੰ ਦਿੱਤਾ ਜਾਂਦਾ, ਅੱਜ ਇਹ ਘਟਨਾ ਨੂੰ ਅੰਜਾਮ ਨਾ ਹੁੰਦਾ। ਪਿੱਛੇ ਸਰਕਾਰ ਦੇ ਫੇਲਿਅਰ ਕਰਕੇ, ਲਾਅ ਐਂਡ ਆਰਡਰ ਫੇਲ ਹੋਣ ਕਰਕੇ, ਸਾਨੂੰ ਇਨਸਾਫ਼ ਨਾ ਦੇਣ ਕਰਕੇ ਜਾਂ ਏਡੀਆਂ ਵੱਡੀਆਂ ਘਟਨਾਵਾਂ ਨੂੰ ਹੱਥ ਨਾ ਪਾਇਆ ਸਰਕਾਰ ਨੇ, ਜਾਂਚ ਨਾ ਕਰਕੇ ਸੱਚ ਨਹੀਂ ਕੱਢਿਆ ਸਰਕਾਰ ਨੇ, ਇਸ ਕਰਕੇ ਅੱਜ ਇਹ ਘਟਨਾ ਵਾਪਰੀ ਹੈ। ਇਹ ਤੋਂ ਅੱਗੇ ਕੁਛ ਨਹੀਂ ਹੈ। ਇਹ ਬਹੁਤ ਪਵਿੱਤਰ ਸਥਾਨ ਜਿਹੜਾ ਦੁਨੀਆਂ ਭਰ ਦੇ ਲੋਕ, ਵੱਡੀਆਂ ਵੱਡੀਆਂ ਦੁਨਿਆਵੀ ਤਾਕਤਾਂ ਵੀ, ਸੰਸਾਰੀ ਤਾਕਤਾਂ ਵੀ ਉੱਥੇ ਆ ਕੇ ਚੁੱਕਦੀਆਂ, ਉਸ ਸਥਾਨ ਦੇ ਉੱਤੇ ਆ ਕੇ ਇਹਨਾਂ ਨੇ ਇੱਡੀ ਵੱਡੀ ਘਟਨਾ ਕੀਤੀ ਹੈ। ਮੈਂ ਸਮਝਦੀ ਹਾਂ ਕਿ ਇਹਨਾਂ ਨੂੰ ਇਹ ਜਿਹੜਾ ਸੋਧਾ ਲਾਇਆ, ਇਹ ਸੋਧਾ ਮੱਸੇ ਰੰਗਣ ਵਾਲਾ ਹੀ ਬਣਦਾ ਸੀ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਰਕਾਰ ਸਾਨੂੰ ਇਨਸਾਫ਼ ਨਹੀਂ ਦੇ ਸਕਦੀ। ਸਾਡੇ ਬਲੁੰਦਰੇ ਹੋਏ ਹਿਰਦਿਆਂ ਦੇ ਉੱਤੇ ਮਲਮ ਨਹੀਂ ਲਾ ਸਕਦੀ। ਸੋ ਮੈਂ ਜਿੱਥੇ ਦੁੱਖ ਦਾ ਪ੍ਰਗਟਾਵਾ ਕਰਦੀ ਹਾਂ, ਉੱਥੇ ਸਾਰੀ ਸੰਗਤ ਨੂੰ ਬੇਨਤੀ ਕਰਾਂਗੀ ਕਿ ਗੁਰੂ ਸਾਹਿਬ ਨੇ ਸਾਨੂੰ ਸ਼ਾਂਤਮਈ ਰਹਿਣਾ ਸਿਖਾਇਆ, ਉਸ ਪਵਿੱਤਰ ਸਥਾਨ ਦੇ ਉੱਤੇ ਸ਼ਾਂਤੀ ਬਣਾਈ ਰੱਖਣੀ ਤਾਂ ਜੋ ਕੌਮ ਦੀ ਜਿਹੜੀ ਹੈ ਹੋਰ ਪੀੜਾ ਨਾ ਵੱਧ ਸਕੇ। ਸ਼ਾਂਤਮਈ ਢੰਗ ਦੇ ਨਾਲ ਹੁਣ ਜਿਹੜੀ ਘਟਨਾ ਵਾਪਰੀ ਹੈ ਉਹਨੂੰ ਅਸੀਂ ਜਰਨਾ ਵੀ ਹੈ ਤੇ ਗੁਰੂ ਅੱਗੇ ਅਰਦਾਸ ਕਰਨੀ ਹੈ, ਸੱਚੇ ਪਾਤਸ਼ਾਹ ਇਹ ਪਾਪੀ ਜਿਹੜੇ ਹੈ ਇਹਨੂੰ ਦੰਡ ਦਿਓ। ਜੈਕਾਰ ਕਰੋ ਧਰਮੀਓ ਕਾ, ਪਾਪੀ ਕੋ ਦੰਡ ਦੀ ਗੋਰੇ, ਆਪ ਹੀ ਮੇਰੇ ਪਾਤਸ਼ਾਹ ਦੰਡ ਦੇਣਗੇ, ਆਪ ਹੀ ਉਹ ਪਾਪੀ ਜੱਬੇ ਜਾਣਗੇ ਜਿਹਨਾਂ ਪਾਪੀਆਂ ਨੇ, ਜਿਹਨਾਂ ਏਜੰਸੀਆਂ ਨੇ ਇੱਥੋਂ ਤੱਕ ਘਟਨਾ ਨੂੰ ਅੰਜਾਮ ਦੇਣ ਵਾਸਤੇ ਇਹੋ ਜਿਹੇ ਵਿਅਕਤੀ ਤਿਆਰ ਕਰਕੇ ਸੱਚਖੰਡ ਸਿੰਘ ਦਰਬਾਰ ਸਾਹਿਬ ਚ ਭੇਜੇ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੰਦਾ ਕਿਚਨ ਚੋਂ ਬਾਅਦ ਇਹਨਾਂ ਨੇ ਜਿਹੜਾ ਬੰਦਾ ਉਹਨੇ 4 ਘੰਟੇ ਲਾਏ ਸਵੇਰੇ 4 ਤੋਂ 9 ਵਜੇ ਤੱਕ ਰੱਜ ਕੇ 3rd degree ਉਹਨੇ ਇੰਟਰੋਗੇਟ ਕੀਤਾ, ਉਹਦੇ ਕੋਲ ਨਿਕਲਿਆ ਨੀ। ਅਸੀਂ ਹੁਣ ਬੇਨਤੀ ਇਹ ਕਰਦੇ ਵੀ ਸਾਡੇ ਹਵਾਲੇ ਕਰਕੇ ਸਾਨੂੰ ਦੇ ਦਿਓ, ਹੁਣ ਅਸੀਂ ਉਹਦੇ ਪਰਚਾ ਦੇ ਕੇ ਜੋ ਬਣਦਾ ਤੁਹਾਡੇ ਵੱਲੇ ਨਹੀਂ ਕਰਨਾ ਜੀ। ਅਸੀਂ ਕੀਤਾ ਸੀ ਕੇਸਗੜ੍ਹ ਸਾਹਿਬ, ਸਾਰਿਆਂ ਨੂੰ ਪਤਾ ਕੇਸਗੜ੍ਹ ਸਾਹਿਬ ਦੇ ਵਿੱਚ ਬੇਅਦਬੀ ਹੋਈ, ਦਾਦਣ ਖੜੇ ਆ ਵੀ ਦਾਦਾ ਉਹਦਾ ਕੀ ਫੈਸਲਾ ਹੋਇਆ, ਕਿੰਨੀਆਂ ਬੇਅਦਬੀਆਂ ਹੋਈਆਂ, ਸਾਰੇ ਬੜਾਏ ਬੰਦੇ ਪੁਲਿਸ ਕੋਲੇ ਗਏ ਆ, ਅੱਜ ਤੱਕ ਸਾਨੂੰ ਕੋਈ ਇਨਸਾਫ਼ ਨਹੀਂ ਮਿਲਿਆ। ਅਸੀਂ ਇਹਨਾਂ ਤੇ ਖਾਕੀ ਵਰਦੀ ਤੇ ਕੋਈ ਯਕੀਨ ਨਹੀਂ ਕਰਦੇ। ਕੋਈ ਇਨਸਾਫ਼ ਨਹੀਂ ਮਿਲਿਆ, ਸਜ਼ਾ ਅਸੀਂ ਦੇਵਾਂਗੇ ਮੌਕਾ, ਠੀਕ ਹੈ ਜੀ, ਇਹ ਸਾਨੂੰ ਲੈ ਕੇ ਦੇ ਦਿਓ, ਤੁਹਾਡੇ ਨਾਲ ਪੁੱਛਗਿੱਛ ਕਰਾਂਗੇ ਜਿੰਨੇ ਦਾ ਤੁਸੀਂ ਕਹੋਗੇ, ਪਰ ਸਜ਼ਾ ਜਿਹੜੀ ਆ ਉਹ ਅਸੀਂ ਦੇਵਾਂਗੇ। ਇਹ ਨਹੀਂ ਹੈਗਾ ਵੀ ਕਾਨੂੰਨ ਦਊਗਾ, ਕਾਨੂੰਨ ਤੇ ਸਾਨੂੰ ਕੋਈ ਯਕੀਨ ਨਹੀਂ ਹੈਗਾ। ਸਾਡੇ ਨਾਲ ਚਲੋ ਯਾਰ, ਆਈ ਜੀ ਸਾਹਿਬ ਵੇਟ ਕਰਦੇ ਕਤਵਾਲੀ 'ਚ, ਉਹ ਕਹਿੰਦੇ ਨਾਲ ਚਲੋ ਬੰਦਾ ਸਾਡੇ ਕੋਲ। ਤੁਸੀਂ ਕਹੋਗੇ ਵੀ ਇੰਟਰੋਗੇਸ਼ਨ ਕਰਨਾ ਵੀ ਸਾਡੇ ਸ਼ਾਸਤਰ ਬਾਹਰ ਖਾ ਲਈਏ, ਕਿਉਂਕਿ ਜਿਹੜੀ ਕੇਸਗੜ੍ਹ ਸਾਹਿਬ ਬੇਅਦਬੀ ਹੋਈ ਸੀ ਨਾ, ਉੱਥੇ 5 ਮੈਂਬਰੀ ਕਮੇਟੀ ਬਣਾਈ, 5 ਮੈਂਬਰੀ ਕਮੇਟੀ ਬਣਾ ਕੇ ਇਹਨਾਂ ਨੇ ਪਤਾ ਕੀ ਕੀਤਾ, ਉਹਨਾਂ ਦੇ ਸ਼ਾਸਤਰ ਬਾਹਰ ਖਾਤੇ, ਬੰਦਾ ਅੰਦਰ ਰੱਖ ਲਿਆ, ਸ਼ਾਸਤਰ ਲੈ ਕੇ ਅੰਦਰ ਜਾਣਾ ਸੀ, ਕੱਲਾ ਕੱਲਾ ਅੰਗ ਵੱਢ ਦੇਣਾ ਉਹਦਾ।
ਖੁੜਾ ਸਰ ਕੋਈ ਇਹਦੀ ਸ਼ਨਾਖਤ ਜਾਂ ਕੁਝ ਪਤਾ ਲੱਗ ਸਕੇ ਜੀ ਕਿੱਥੇ ਦਾ ਰਹਿਣ ਵਾਲਾ ਪਤਾ ਨਹੀਂ ਲੱਗਿਆ ਜੀ ਹਲੇ ਤੱਕ ਸ਼ਨਾਖਤ ਦਾ ਪਤਾ ਉਹ ਇਨਵੈਸਟੀਗੇਸ਼ਨ ਪਾਰਟ ਆ ਅਸੀਂ ਕਰਾਂਗੇ ਉਹਦਾ ਟਾਈਮ ਹੀ ਨਹੀਂ ਮਿਲਿਆ ਸ਼ਨਾਖਤ ਕਰਨ ਦਾ ਜੀ ਇਹ ਸਾਰਿਆਂ ਨੂੰ ਪਤਾ ਤੁਹਾਨੂੰ ਲਾਈਵ ਹੈਗੀ ਹੈ ਮੀਡੀਆ 'ਚ ਸਾਰੀ ਇਹ ਸੋਸ਼ਲ ਮੀਡੀਆ 'ਤੇ ਜੋ ਇਹਨਾਂ ਨੇ ਕੀਤਾ ਸੀ ਉਹਨਾਂ ਨੇ ਆਲਰੇਡੀ ਲਾਈਵ ਹੋ ਕੇ ਕੀਤਾ ਸਾਰਾ ਕੁਛ ਜੀ ਅਤੇ ਜੋ ਅਸੀਂ ਹੁਣ ਤੱਕ ਪਤਾ ਕੀਤਾ 4 ਵਜੇ ਇਹ ਬੰਦਾ ਉੱਠਿਆ ਜਿਹੜਾ ਗੁਰਦੁਆਰਾ ਸਾਹਿਬ ਚਲਾਉਂਦਾ ਸੀ ਅਮਰਜੀਤ ਸਿੰਘ ਇਹਨੇ ਉੱਠ ਕੇ ਥੱਲੇ ਦੇਖਿਆ ਵੀ ਇਹਨੂੰ ਕੋਈ ਬੰਦਾ ਨਜ਼ਰ ਆਇਆ ਇਹਨੂੰ ਲੱਗਾ ਵੀ ਮੇਰਾ ਸੇਵਾਦਾਰ ਆ ਕਿ ਚੋਰ ਆ ਅਤੇ ਉਹ ਬੰਦਾ ਭੱਜ ਕੇ ਬਾਹਰ ਨਿਕਲਿਆ ਇਹਨੇ ਆਪਣੇ 2 ਮੁੰਡੇ ਰੱਖੇ ਹੋਏ ਆ ਬਾਹਰਲੀ ਸਟੇਟ ਦੇ ਆਪਣੇ ਉੱਥੇ ਥੱਲੇ ਉਹਨਾਂ ਨੂੰ ਭੇਜਿਆ ਉਹਨਾਂ ਨੇ ਉਹ ਬੰਦਾ ਬਾਹਰੋਂ ਫੜ ਕੇ ਲੈ ਕੇ ਆਉਂਦਾ ਫਿਰ ਇਹਨਾਂ ਨੇ ਚੈੱਕ ਕੀਤਾ ਕੋਈ ਉੱਪਰ ਗੁਰੂ ਗ੍ਰੰਥ ਸਾਹਿਬ ਉੱਪਰ ਨੇ ਮਹਾਰਾਜ ਉਹਨਾਂ ਦਾ ਕਮਰਾ ਗੁਰਦੁਆਰਾ ਜਿਹੜਾ ਉੱਪਰ ਬਣਾਇਆ ਹੋਇਆ ਅਤੇ ਬਾਕੀ ਜਿਹੜਾ ਇਹਨਾਂ ਦੀ ਰਿਹਾਇਸ਼ ਆ ਉਹ ਥੱਲੇ ਹੈਗੀ ਹੈ ਅਤੇ ਉੱਥੋਂ ਇਹਨਾਂ ਨੇ ਕਿਹਾ ਵੀ ਆਪਾਂ ਉਹ ਬੰਦੇ ਨੂੰ ਇਹਨਾਂ ਨੇ ਕਮਰੇ 'ਚ ਥੱਲੜੇ ਇੱਕ ਕਮਰੇ 'ਚ ਬੰਦ ਕਰਤਾ ਫਿਰ ਇਹ ਕੁੱਟਮਾਰ ਕਰਨ ਲੱਗ ਪਏ ਉਹਦੀ ਲਾਈਵ ਇਹਨਾਂ ਨੇ ਸਾਰੀ ਸੰਗਤ ਨੂੰ ਕਹਿ ਦਿੱਤਾ ਵੀ ਇਹ ਬੇਦਬਦੀ ਕਰਨ ਆਇਆ ਸੀਗਾ ਬੰਦਾ ਬਟ ਜੋ ਹੁਣ ਅਸੀਂ ਇਹਨਾਂ ਨੂੰ ਹੁਣ ਤੱਕ ਇਹ ਦੁਬਾਰਾ ਪੁੱਛਿਆ ਆ ਇੰਸੀਡੈਂਟ ਤੋਂ ਬਾਅਦ ਇਹ ਕਹਿ ਰਿਹਾ ਸੀਗਾ ਵੀ ਉਹਨੇ ਇਹਨਾਂ ਦੀਆਂ ਜੈਕਟਾਂ ਪਾਈਆਂ ਸੀ ਜਿਹੜੇ ਬੱਚੇ ਸੀ ਇਹਨੇ ਰੱਖੇ ਉਹਨਾਂ ਦੀਆਂ ਜੈਕਟਸ ਉਹਨੂੰ ਬੰਦੇ ਨੇ ਪਾਈਆਂ ਸੀ ਉਸ ਜੈਕਟ ਤੋਂ ਹੀ ਉਹਨਾਂ ਨੇ ਪਛਾਣਿਆ ਉਹਨੂੰ ਬੰਦੇ ਨੂੰ ਬਾਹਰੋਂ ਜਦੋਂ ਫੜਿਆ ਵੀ ਇਹ ਜੈਕਟਾਂ ਤਾਂ ਸਾਡੀਆਂ ਹੈਗੀਆਂ ਇਟ ਮੀਨਸ ਵੀ ਉਹਦੀ ਨੀਤ ਜਿਹੜੀ ਹੈਗੀ ਆ ਉਹ ਚੋਰੀ ਦੀ ਸੀਗੀ ਉੱਥੇ ਬੰਦੇ ਉਹ ਤੋਂ ਬਾਅਦ ਕੁੱਟਮਾਰ ਕਰਨ ਲੱਗ ਪਏ ਅਤੇ ਬਾਅਦ 'ਚ ਉਹਨਾਂ ਨੇ ਲਾਈਵ ਹੋ ਕੇ ਸਾਰਿਆਂ ਨੂੰ ਬੁਲਾ ਲਿਆ ਉੱਥੇ ਉਹਦੇ ਵਿੱਚ ਮੌਬ ਇਕੱਠੀ ਹੋ ਗਈ ਹਰੇਕ ਤਰ੍ਹਾਂ ਦਾ ਬੰਦਾ ਇਕੱਠਾ ਹੋ ਗਿਆ ਉਹਨਾਂ ਨੇ ਜੋ ਵੀ ਧਾਰਮਿਕ ਇਮੋਸ਼ਨਲ ਉਹਨਾਂ ਦੀਆਂ ਭਾਵਨਾਵਾਂ ਸੀ ਉਹਦੇ ਮੁਤਾਬਕ ਬੜੀ ਕੋਸ਼ਿਸ਼ ਕੀਤੀ ਗਈ ਹਰੇਕ ਨੂੰ ਸਮਝਾਉਣ ਦੀ ਲੋਅ ਐਂਡ ਆਰਡਰ ਨੂੰ ਠੀਕ ਕਰਨ ਦੀ ਬਟ ਉਹ ਜੋ ਉਹਨਾਂ ਨੇ ਕੀਤਾ ਹੈਗਾ ਉਹ ਹੁਣ ਅਗਲੀ ਕਾਰਵਾਈ ਉਹਦੇ ਮੁਤਾਬਕ ਕੀਤੀ ਜਾ ਰਹੀ ਹੈ ਜੋ ਇਹਦਾ ਕੇਸ ਰਜਿਸਟਰ ਕੀਤਾ ਜਾਏਗਾ ਮਰਡਰ ਦਾ ਜਿੰਨਾ ਕੁਛ ਹੈਗਾ ਸਾਰਾ ਕੁਛ ਤਾਂ ਸੋਸ਼ਲ ਮੀਡੀਆ ਤੇ ਹੈਗਾ ਸਾਰਾ ਕੁਛ ਸ਼ਨਾਖਤ ਹੋ ਜਾਏਗਾ ਮੇਰੇ ਮੁਤਾਬਕ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਉਹ ਸਿਰਫ ਇੰਨਾ ਕਹਿੰਦਾ ਹੈ ਜਿਹੜਾ ਗੁਰਦੁਆਰੇ ਦਾ ਬੰਦਾ ਵੀ ਹੈ ਵੀ ਜਿਹੜਾ ਨਿਸ਼ਾਨ ਸਾਹਿਬ ਥੱਲੇ ਲੱਗਾ ਸੀ ਗੁਰੂ ਗ੍ਰੰਥ ਸਾਹਿਬ ਉੱਪਰਲੇ ਕਮਰੇ 'ਚ ਸੀ ਉਹਦੇ ਨਾਲ ਇਹ ਛੇੜਛਾੜ ਇਹਨੇ ਕੀਤੀ ਸੀ ਪਰ ਅਦਰਵਾਈਜ਼ ਅਸੀਂ ਆਪ ਵੀ ਦੇਖ ਕੇ ਆਏ ਹਾਂ ਉੱਪਰਲੇ ਪਾਸੇ ਅਤੇ ਉੱਪਰਲੇ ਕਮਰੇ 'ਚ ਜਿੱਥੇ ਮਹਾਰਾਜ ਸੀਗੇ ਉੱਥੇ ਮਹਾਰਾਜ ਦਾ ਸਰੂਪ ਨਾਲ ਕੋਈ ਛੇੜਖਾਨੀ ਨਹੀਂ ਹੋਈ ਕੋਈ ਬੇਅਦਬੀ ਨਹੀਂ ਹੋਈ ਕਿਸੇ ਬੁੱਕ ਦੇ ਨਾਲ ਹਾਂ ਇਹਨੇ ਤੇਲ ਜਿਹੜਾ ਸੀ ਉਹਨਾਂ ਦਾ ਡੋਲਿਆ ਹੋਇਆ ਸੀ ਉਹਨਾਂ ਦੀਆਂ ਜੈਕਟਾਂ ਪਾਈਆਂ ਹੋਈਆਂ ਸੀ ਇਹਨੇ ਜਿਸ ਜਿੱਦਾਂ ਇਹਨਾਂ ਨੇ ਫੜਿਆ ਉੱਥੋਂ ਚੋਰੀ ਵਾਲਾ ਹੀ ਸੀਨ ਲੱਗ ਰਿਹਾ ਸੀ ਇੱਕ ਸਰ ਇਹਦੇ ਵਿੱਚ ਇਹ ਵੀ ਪੁਆਇੰਟ ਹੈ ਕਿ ਉਹਨੇ ਗਲੇ ਦੇ ਵਿੱਚ 2 ਆਈਡੈਂਟੀ ਕਾਰਡ ਪਾਏ ਹੋਏ ਸੀ ਜਿਹੜੇ ਪੁਆਇੰਟ ਗਲੇ 'ਚ ਆਈਡੈਂਟੀ ਕਾਰਡ ਇਹਨਾਂ ਨੇ ਮੌਕੇ ਤੋਂ ਮੀਡੀਆ ਨੂੰ ਦਿਖਾਏ ਆ ਉਹ ਮੈਂ ਵੀ ਦੇਖੀ ਆ ਉਹ ਇੱਕ ਲੇਡੀ ਹੈਗੀ ਆ ਜਿਹਦੇ ਘਰੋਂ ਚੋਰੀ ਕੀਤੇ ਸੀਗੇ ਉਹਦੇ ਬੱਚਿਆਂ ਦੇ ਆਈ ਕਾਰਡ ਸੀਗੇ ਉਹ ਕਹਿੰਦੇ ਵੀ ਬੱਚੇ ਦੀ ਫੋਟੋ ਲੱਗੀ ਹੋਣ ਕਰਕੇ ਮੈਂ ਸਾੜੇ ਨਹੀਂ ਜਦਕਿ ਬੱਚਿਆਂ ਦੇ ਪੁਰਾਣੇ ਸਕੂਲ ਦੇ ਆਈ ਕਾਰਡ ਸੀਗੇ ਉਹ ਉਸ ਬੰਦੇ ਕੋਲੋਂ ਬਰਾਮਦ ਹੋਏ ਉਹ ਵੀ ਲੱਗਦਾ ਵੀ ਉਹਨੇ ਚੋਰੀ ਕੀਤੇ ਸੀ ਸਰ ਇਨੀਸ਼ੀਅਲੀ ਕੁਝ ਦੱਸਣਾ ਨੇ ਕਿ ਬੋਲਦਾ ਕੀ ਸੀਗਾ ਹਿੰਦੀ ਬੋਲਦਾ ਸੀ ਪੰਜਾਬੀ ਕੁਛ ਵੀ ਨਹੀਂ ਦੱਸਿਆ ਉਹ ਤੁਹਾਨੂੰ ਖੁਦ ਕਹਿ ਰਿਹਾ ਬੰਦਾ ਜਿਹਨੇ 4 ਘੰਟੇ ਉਹਨੂੰ ਇੰਟੈਰੋਗੇਟ ਕਰ ਲਿਆ ਅਮਰਜੀਤ ਸਿੰਘ ਨੇ ਉਹ ਆਪ ਕਹਿ ਰਿਹਾ ਸੀਗਾ ਵੀ ਇਹਨੇ ਕੁਛ ਨਹੀਂ ਦੱਸਿਆ ਕੁਝ ਰਿਊਮਰਸ ਇਹ ਦੱਸਦੇ ਕਿ ਉਹਨੇ ਕਿਹਾ ਕਿ ਪਲੈਨਡ ਸੀ ਮੈਂ ਦਿੱਲੀ ਤੋਂ ਆਇਆ ਸੀ ਦਨਾ ਸ਼ੁਰੂਆਤ ਇਹ ਸਾਰੀਆਂ ਹੀ ਥੀਸ ਆਰ ਰਿਊਮਰਸ ਮੈਂ ਤੁਹਾਨੂੰ ਫੈਕਟ ਦੱਸ ਰਿਹਾ ਇਹ ਸਾਰੀਆਂ ਅਫਵਾਹ ਹੈਗੀਆਂ ਹੁਣ ਜੋ ਬਣਦੀ ਕਾਰਵਾਈ ਹੈਗੀ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਕਿੰਨੇ ਜਣਿਆਂ ਦੇ ਹੋ ਰਿਹਾ ਮਾਮਲਾ ਦਰਜ ਹਾਂਜੀ ਜਿਨ੍ਹਾਂ ਨੇ ਮਾਰਿਆ ਕਿੰਨੇ ਬੰਦੇ ਆਰੋਪੀ ਆ ਜਿਨ੍ਹਾਂ ਦੇ ਉਹ ਅਸੀਂ ਹੁਣ ਕਰ ਰਹੇ ਹਾਂ ਸਾਰਾ ਉਹਨੂੰ ਪਹਿਲਾਂ ਸੋਸ਼ਲ ਮੀਡੀਆ ਵੀ ਸਾਰਾ ਐਨਾਲਾਈਜ਼ ਹੋ ਰਿਹਾ ਉਹ ਕਰਨ ਤੋਂ ਬਾਅਦ ਜਿਹੜੇ ਜਿਹੜੇ ਬੰਦੇ ਸ਼ਨਾਖਤ ਹੁੰਦੇ ਉਹਨਾਂ ਦੇ ਮੁਤਾਬਕ ਉਹਨਾਂ 'ਤੇ ਕਾਰਵਾਈ ਕੀਤੀ ਮਾਹੌਲ ਇੰਨਾ ਤਣਾਅਪੂਰਨ ਹੋ ਗਿਆ ਸੀ ਕਿ ਪੁਲਿਸ ਕੋ ਉੱਥੇ ਦੇਖੋ ਕੰਟਰੋਲ ਨਹੀਂ ਹੋਇਆ ਕਿੱਦਾਂ ਉਹਨਾਂ ਨੇ ਕੰਧਾ ਟੱਪੀਆਂ ਔਰ ਪਿਛਲੇ ਪਾਸੇ ਦੀ ਵੀ ਜਾ ਕੇ ਬ੍ਰਦਰ ਜਿੱਦਾਂ ਜਦੋਂ ਵੀ ਕੋਈ ਇਮੋਸ਼ਨਲ ਗੱਲ ਆਉਂਦੀ ਆ ਇੱਕ ਦਿਨ ਪਹਿਲਾਂ ਦਰਬਾਰ ਸਾਹਿਬ ਦੇ ਅੰਦਰ ਮਹਾਰਾਜ ਦੇ ਸਰੂਪ ਦੇ ਉੱਪਰ ਕੋਈ ਬੇਅਦਬੀ ਹੁੰਦੀ ਹੈ ਆਲਰੇਡੀ ਸੈਂਟੀਮੈਂਟਸ ਬੜੇ ਉੱਪਰ ਸੀਗੇ ਸਾਡਾ ਬੇਸਿਕ ਫਰਜ਼ ਪੁਲਿਸ ਦਾ ਐਡਮਿਨਿਸਟ੍ਰੇਸ਼ਨ ਦਾ ਇਹ ਹੁੰਦਾ ਵੀ ਸੈਂਟੀਮੈਂਟਸ ਨੂੰ ਕੰਟਰੋਲ ਕਰਨਾ ਉਹਨੂੰ ਹੋਰ ਨਹੀਂ ਖਰਾਬ ਕਰਨਾ ਪਰ ਇੱਧਰ ਹੀ ਸਰ ਇਹ ਬੇਅਦਬੀ ਦੀ ਘਟਨਾ ਜੀ ਹੁਣ ਵੱਧ ਰਹੀ ਆ ਲੈਸ਼ਨਾ ਟਾਈਮ ਐਰਾ ਅਸੀਂ ਸਾਰੇ ਜਿੰਨੇ ਧਾਰਮਿਕ ਸੰਸਥਾ ਹੈਗੀਆਂ ਉਹਨਾਂ ਨੂੰ ਆਲਰੇਡੀ ਅਸੀਂ ਹੁਣੇ ਮੈਂ ਕਹਿ ਕੇ ਹਟਿਆ ਐਸ ਪੀ ਹੈੱਡਕੁਆਰਟਰ ਨੂੰ ਵੀ ਅਸੀਂ ਸਾਰਿਆਂ ਨੂੰ ਇਹ ਸਾਡੀ ਕੰਬਾਈਂਡ ਐਫਰਟ ਆ ਜਿੰਨੇ ਗੁਰਦੁਆਰਾ ਸਾਹਿਬ ਮੰਦਰ ਚਰਚਿਸ ਮਸਜਿਦ ਆ ਹਰੇਕ ਥਾਂ ਪੁਲਿਸ ਨਹੀਂ ਲੱਗ ਸਕਦੀ ਬਟ ਵੀ ਵਿਲ ਇਨਸ਼ੋਰ ਵੀ ਸਾਰੇ ਥਾਵਾਂ ਦੇ ਉੱਪਰ ਜਿਹੜਾ ਹੈਗਾ ਆ ਪ੍ਰੋਪਰ ਪ੍ਰਬੰਧ ਰਹੇ ਔਰ ਅਸੀਂ ਮੈਂ ਤੁਹਾਡੇ ਰਾਹੀਂ ਵੀ ਇਹਨਾਂ ਨੂੰ ਬੇਨਤੀ ਕਰਦਾ ਵੀ ਜਿਹਨਾਂ ਬੰਦਿਆਂ ਨੇ ਧਾਰਮਿਕ ਸਥਾਨ 'ਤੇ ਜਿਹੜੀ ਸੇਵਾ ਕਰ ਰਹੇ ਆ ਉਹ ਵੀ ਉੱਥੇ ਰਾਤ ਨੂੰ ਪਹਿਰਾ ਦੇ ਉਹਦੇ ਜਿਹੜੇ ਫਿੰਗਰ ਪ੍ਰਿੰਟਸ ਲੈ ਜਾਣਗੇ ਉਹਦੇ ਵਾਲ ਹੈਗੇ ਆ ਬੋਡੀ ਦੇ ਉੱਪਰ
ਅੱਜ ਨਹੀਂ ਤੇ ਕੱਲ ਇਹ ਸਾਰੀਆਂ ਗੱਲਾਂ ਸਟੈਬਲਿਸ਼ ਹੋ ਜਾਣਗੀਆਂ। ਇਹਦਾ ਸਰ ਹੁਣ ਕਿੰਨੇ ਦਿਨਾਂ ਦੇ ਵਾਸਤੇ ਨਾ ਤੁਸੀਂ ਰੱਖੋਗੇ ਆਈਡੈਂਟੀ ਦੇ ਵਾਸਤੇ ਬੋਡੀ ਨੂੰ ਇੱਥੇ? ਜੋ ਵੀ ਪ੍ਰੋਸੀਜਰ ਹੈਗਾ ਜੀ ਉਹ ਪੂਰਾ ਅਡਾਪਟ ਕਰਾਂਗੇ। ਇੱਕ ਸਰ ਲਾਸਟ ਦੱਸ ਦਿਓ ਕਿ ਇਹਦੇ ਕਿੱਥੇ ਕਿੱਥੇ ਜ਼ਖਮ ਹੋਏ ਨੇ, ਕਿੱਥੇ ਕਿੱਥੇ ਦੇ? ਇਹਦੇ ਸਿਰ ਦੇ ਵਿੱਚ ਸ਼ਾਰਪ ਇੰਜਰੀਜ਼ ਹੈਗੀਆਂ, ਬੋਡੀ ਦੇ ਵਿੱਚ ਵੀ ਕਾਫੀ ਇੰਜਰੀਜ਼ ਹੈਗੀਆਂ। ਸਰ ਹਿਲਾਸਤ ਬੋਡੀ ਇਨਕੰਪਲੀਟ ਹੈ ਕਿ ਬੋਡੀ ਪੂਰੀ ਕੰਪਲੀਟ ਹੈ ਜੀ? ਸਰ ਕੋਈ ਹਵਾਈ ਫਾਇਰ ਵੀ ਉੱਥੇ ਹੋਏ ਜੀ ਮੋਤੇ ਤੇ? ਇਹ ਪਾਰਟ ਆਫ ਇਨਵੈਸਟੀਗੇਸ਼ਨ। ਠੀਕ ਹੈ, ਥੈਂਕ ਯੂ ਜੀ। ਕਪੂਰਥਲਾ ਤੋਂ ਜਤਿੰਦਰਪਾਲ ਸਿੰਘ ਕਲੇਰ ਦੀ ਖਾਸ ਰਿਪੋਰਟ।